वाई जी देखो सेट देखो मानसा दे उस समय इंसानियत शर्मसार हुई जब सिविल अस्पताल दे विचो दो लवारस मरीजों उन्हां दी हालत नूं वेखदे हुए पटियाला रैफर कर दिता गया पर पटियाला हस्पताल प्रशासन ने उन्हां दो मरीजों नूं उत्थे ही बिठाया अते उन्हां नूं वापस मानसा तो एम्बूलेंस दे विच पा के छड्ड दिता। उन्होंने एकांत वाली थां दे उत्ते सुट दिता गया। इत्थे एक मरीज की मौत हो गई जबकि दूजे नूं वापस सिविल हस्पताल लिया गया। जिक्रयोग है कि इन्हां दे विचों एक दी लत्त टुटी हुई सी जबकि दूजा मानसिक तौर दे उत्ते बीमार अते नशेदार दी सी। दूजे पासे इस मसले दे उत्ते एसएमओ दा कहना है कि पूरे मामले की जांच पड़ताल करवाई जाएगी, एक कमेटी बनाई जाएगी। जिक्रयोग है कि इस घटना दे नाल इंसानियत शर्मसार हुई है। यह साबित होया है कि इस कलयुगी समय दे विच इंसान की कोई कीमत नहीं है। ब्यूरो रिपोर्ट अज दी आवाज ना पता नहीं अच्छा की खाना पीना तू सट किवें बजी तेरे आह किवें बजी है पता है नहीं तो ऑनलाइन घंटे का गल एक्सीडेंट हो एक्सीडेंट हो किथे मुड़पा है मुड़पा मैं तो कौन कौन से मुड़पा अच्छा सट किथे किथे तेरे एक दो राडा अंग में हां खा ली हरियाणे तो तू हां केड़ी जगह नरवाणा सन तलवाड़ा नरवाणा नरवाणा अच्छा नरवाणे तो है ਕਿਤ ਕੌਣ ਛੱਡ ਗਿਆ ਇਸ ਦਿਨ ਕੱਲ ਓਏ ਮੈਂ ਤਾਂ ਮਨ ਉਹ ਕੌਣ ਛੱਡ ਪਾ ਦਾ ਅੱਛਾ ਬੈਂਚ ਲੈ ਕੇ ਕੋਈ ਬਿਠਾ ਕੇ ਹੈ ਹਾਂ ਬਕੀ ਸਾਹਿਬ ਹਸਪਤਾਲ 'ਚ ਮਸਲਾ ਹੋਇਆ ਹੈ ਮਰੀਜ਼ਾਂ ਨੂੰ ਜਿਹੜਾ ਸਿੱਟ ਦਿੱਤਾ ਸੜਕ 'ਤੇ ਕੀ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਮੇਰੀ ਪਹਿਲਾਂ ਸਾਰਿਆਂ ਨੂੰ ਬੇਨਤੀ ਵੀ ਇਹਨੂੰ ਮਸਲਾ ਨਾ ਕਹੋ ਜੀ ਇਹ ਜਿਹੜੀ ਇਨਸਾਨੀਅਤ ਸ਼ਰਮਸ਼ਾਰ ਹੋਈ ਹੈ ਅੱਜ ਜਿਹੜੀ ਇਹ ਰਾਤ ਦੀ ਘਟਨਾ ਹੋਈ ਹੈਗੀ ਅੱਜ ਤੱਕ ਮਤਲਬ ਕਿ ਹੁਣ ਦੁਪਹਿਰ ਦੇ ਦੋ ਢਾਈ ਵੱਜ ਚੁੱਕੇ ਨੇ ਕੋਈ ਪੁਲਿਸ ਅਧਿਕਾਰੀ ਨਹੀਂ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਕੋਈ ਵੀ ਹੌਸਪੀਟਲ ਦਾ ਅਧਿਕਾਰੀ ਨਹੀਂ ਆਇਆ ਹੈਗਾ ਦੋ ਬੰਦੇ ਸੀਗੇ ਇੱਥੋਂ ਲੰਮੇ ਸਮੇਂ ਤੋਂ ਉਹਦੇ ਐਡਮਿਟ ਸੀਗੇ ਉਹਦੇ ਦਾਖਲ ਸੀਗੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੀ ਉਹਨਾਂ ਨੂੰ ਸਿਰਫ ਇਹ ਕਹਿ ਕੇ ਹੌਸਪੀਟਲ ਦੇ ਵਿੱਚੋਂ ਕੱਢ ਦਿੱਤਾ ਗਿਆ ਵੀ ਉਹ ਲਵਾਰਿਸ ਨੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਆ ਰਿਹਾ ਰਾਤ ਨੂੰ ਹਨੇਰੇ ਦੇ ਵਿੱਚ ਸੁੰਨਸਾਨ ਸਮੇਂ ਦੇ ਵਿੱਚ ਇੱਕ ਐਂਬੂਲੈਂਸ ਕਰਵਾਈ ਗਈ ਪ੍ਰਾਈਵੇਟ ਉਸ ਸਮੇਂ ਦੇ ਅਧਿਕਾਰੀਆਂ ਵੱਲੋਂ ਉਹ ਕਰਵਾਉਣ ਤੋਂ ਬਾਅਦ ਉਹਨੂੰ ਇੱਕ ਅਣਪਛਾਤੀ ਜਗ੍ਹਾ 'ਤੇ ਜਿਹੜੇ ਜਿੱਥੇ ਕਿ ਕਬਰਾਂ ਬਣੀਆਂ ਹੋਈਆਂ ਸਿਵੇ ਬਣੇ ਹੋਏ ਨੇ ਉੱਥੇ ਛੱਡ ਕੇ ਆਏ ਨੇ ਜਿੱਥੇ ਕਿ ਫਾਲਤੂ ਜਾਨਵਰ ਉੱਥੇ ਕੁੱਤੇ ਵਗੈਰਾ ਆਮ ਫਿਰਦੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਜਾਨਵਰ ਇੱਕ ਇਨਸਾਨ ਦੀ ਮੌਤ ਹੋ ਗਈ ਉਹ ਦੂਸਰਾ ਜਾਨਵਰਾਂ ਵੱਲੋਂ ਉਹਦੀ ਖਿੱਚਤੂ ਕੀਤੀ ਗਈ ਅਤੇ ਉੱਥੋਂ ਜੋ ਰਾਹੀਗੀਰ ਲੰਘ ਰਹੇ ਸੀਗੇ ਇੱਕ ਰੇਹੜੀ ਵਾਲੇ ਵਿਅਕਤੀ ਨੇ ਉਹਨੂੰ ਇੱਥੇ ਹੌਸਪੀਟਲ 'ਚ ਪਹੁੰਚਾਇਆ ਤਾਂ ਸਾਰੀ ਘਟਨਾ ਦੱਸੀ ਤਾਂ ਫਿਰ ਪ੍ਰਸ਼ਾਸਨ ਨੂੰ ਇੱਥੋਂ ਦੇ ਜਿਨ੍ਹਾਂ ਨੇ ਉਹਨਾਂ ਨੂੰ ਛੱਡ ਕੇ ਆਉਂਦਾ ਸੀਗਾ ਸਿੱਟ ਕੇ ਆਉਂਦਾ ਸੀਗਾ ਉਹਨਾਂ ਨੂੰ ਫਿਰ ਹੱਥਾਂ ਪੈਰਾਂ ਦੀ ਪਈ ਉਹਨਾਂ ਵੱਲੋਂ ਫਿਰ ਉਹਨੂੰ ਐਡਮਿਟ ਕੀਤਾ ਗਿਆ ਅਤੇ ਹਜੇ ਤੱਕ ਜਿਹੜੀ ਉਹ ਲਾਸ਼ ਹੈਗੀ ਉਹਦੇ ਬਾਰੇ ਕੁਛ ਨਹੀਂ ਦੱਸਿਆ ਗਿਆ ਵੀ ਉਹ ਲਾਸ਼ ਕਿਸ ਦੀ ਆ ਉਹਦੀ ਮੌਤ ਕਿਵੇਂ ਹੋਈ ਆ ਉਹਦਾ ਪੋਸਟਮਾਰਟਮ ਹੋਇਆ ਜਾਂ ਨਹੀਂ ਹੋਇਆ ਦੂਸਰੀ ਗੱਲ ਇਹ ਹੈ ਕਿ ਜੋ ਘਟਨਾ ਹੋਈ ਆ ਇਹਦੇ ਨਾਲ ਪੂਰੀ ਪੰਜਾਬ ਦੇ ਲੋਕਾਂ ਦਾ ਜਿਹੜਾ ਸ਼ਰਮਸ਼ਾਰ ਜਿਹੜਾ ਸਿਰ ਝੁਕ ਗਿਆ ਹੈਗਾ ਅਤੇ ਜਿਹੜੇ ਸਾਡੇ ਭਗਵੰਤ ਮਾਨ ਸਾਹਿਬ ਵੱਡੇ ਵੱਡੇ ਦਾਅਵੇ ਕਰਦੇ ਨੇ ਵੀ ਉਹ ਜਿਹੜਾ ਸਾਡਾ ਮੁਹੱਲਾ ਕਲੀਨਿਕ ਆ ਗਿਆ ਨਵੇਂ ਹਸਪਤਾਲ ਬਣ ਗਏ ਨਵੇਂ ਡਾਕਟਰ ਆ ਗਏ ਆ ਇਹੋ ਜਿਹੇ ਡਾਕਟਰ ਆ ਗਏ ਤੁਹਾਡੇ ਇਹ ਡਾਕਟਰ ਸਾਨੂੰ ਨਹੀਂ ਚਾਹੀਦੇ ਜਿਹੜੇ ਜਿਹੜੇ ਆਪ ਕਤਲ ਕਰੀ ਜਾਂਦੇ ਨੇ ਇਹ ਪਹਿਲੀ ਵਾਰੀ ਹੋਇਆ ਵੀ ਜਿਹੜਾ ਕਤਲ ਇਹ ਮੈਂ ਕਹੂੰ ਇਹ ਕਤਲ ਦਾ ਮਾਮਲਾ ਗਾ ਇਹਦੀ ਪੂਰਨ ਤੌਰ 'ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਹੁਣ ਦੋ ਢਾਈ ਵੱਜ ਚੁੱਕੇ ਨੇ ਹਜੇ ਤੱਕ ਇੱਕ ਵੀ ਪੁਲਿਸ ਅਧਿਕਾਰੀ ਨਹੀਂ ਆਇਆ ਹੈਗਾ ਵੀ ਇਹ ਘਟਨਾ ਹੋਈ ਕੀ ਹੈ ਇੱਥੇ ਲੋਕਾਂ ਦੇ ਵਿੱਚ ਇੰਨਾ ਰੋਸ ਹੈਗਾ ਇੰਨੀ ਇਸ ਘਟਨਾ ਨੂੰ ਲੈ ਕੇ ਇੰਨਾ ਦੁੱਖ ਹੈਗਾ ਵੀ ਇਸ ਚੀਜ਼ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਤੇ ਇਹਦੇ ਬਾਅਦ ਇੱਕ ਲੰਬਾ ਸੰਘਰਸ਼ ਵਿੱਢਾਂਗੇ ਜੇ ਇਹਨਾਂ ਦੇ ਖਿਲਾਫ਼ ਪਰਚਾ ਦਰਜ ਨਹੀਂ ਹੁੰਦਾ ਕੀ ਨਾਮ ਬਾਈ ਮੇਰਾ ਨਾਮ ਬੱਬੀ ਹੈ ਜੀ ਬੱਬੀ ਕੀ ਮਸਲਾ ਸਾਰਾ ਇਹ ਮਸਲਾ ਇਹ ਹੈ ਜੀ ਇੱਥੇ ਕੋਈ ਪੇਸ਼ੈਂਟ ਸੀਗੇ ਜੀ ਆਉਣ ਆਉਣ 20 ਦਿਨਾਂ ਤੋਂ 15-20 ਦਿਨਾਂ ਤੋਂ ਦਾਖਲ ਸੀਗੇ ਉਹਨਾਂ ਦਾ ਕੋਈ ਹੈ ਹੀ ਨਹੀਂ ਸੀਗਾ ਜੀ ਵਾਲੀ ਵਾਰਸ ਅਸੀਂ ਉਹਨਾਂ ਨੂੰ ਆਪਣੇ ਇੱਕ ਇਨਸਾਨੀਅਤ ਵਜੋਂ ਉਹਨਾਂ ਦੀ ਅਸੀਂ ਦੇਖ ਰੇਖ ਕਰ ਰਹੇ ਸੀ ਉਹਨੂੰ ਸੰਭਾਲ ਕਰ ਰਹੇ ਸੀਗੇ ਅਤੇ ਕੱਲ੍ਹ ਸਵੇਰੇ ਜੀ ਕੱਲ੍ਹ 11:00 ਇੱਥੋਂ ਡਾਕਟਰ ਸਾਹਿਬ ਨੇ ਕਿਸੇ ਨਿੱਜੀ ਐਂਬੂਲੈਂਸ ਦੇ ਵਿੱਚ ਪਵਾ ਕੇ ਆਪਣੇ ਮੁਲਾਜ਼ਮ ਭੇਜ ਕੇ ਉਹਨਾਂ ਨੂੰ ਕਿਸੇ ਸੁੰਨੀ ਜਗ੍ਹਾ 'ਤੇ ਸੁਟਵਾ ਦਿੱਤਾ ਜੀ ਅਤੇ ਇੱਕ ਦੀ ਜੋ ਡੈਥ ਹੋ ਚੁੱਕੀ ਹੈ ਜੀ ਉਹਨੂੰ ਕੋਈ ਰੇਹੜੀ ਚਾਲਕ ਛੱਡ ਕੇ ਗਿਆ ਉਸ ਨੇ ਸਾਨੂੰ ਦੱਸਿਆ ਗਾ ਕਿ ਇੱਕ ਪੇਸ਼ੈਂਟ ਉੱਥੇ ਰਾਹ ਦੇ ਵਿੱਚ ਡਿੱਗਿਆ ਪਿਆ ਗਿਆ ਜੀ ਉਦੋਂ ਬਾਅਦ ਅਸੀਂ ਆਪਣੀ ਐਂਬੂਲੈਂਸ ਲਿਜਾ ਕੇ ਅਸੀਂ ਉਹਨੂੰ ਚੱਕ ਕੇ ਲਿਆ ਕੇ ਉਹਨੂੰ ਅਸੀਂ ਦਾਖਲ ਕਰਾਇਆ ਉਹਦਾ ਇਲਾਜ ਸ਼ੁਰੂ ਕਰਵਾਇਆ ਗਾ ਜੀ ਜੋ ਉਹਦੀ ਡੈੱਡ ਬੋਡੀ ਹੈ ਦੂਸਰੇ ਮੁੰਡੇ ਦੀ ਉਹ ਮੋਰਚਰੀ ਦੇ ਵਿੱਚ ਪਈ ਹੈ ਜੀ ਇੱਕ ਹੋਰ ਗੱਲ ਦੇਖੋ ਜੀ ਇੱਥੇ ਕਿ ਵੀ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਹਜੇ ਤੱਕ ਵੀ ਕੋਈ MLA ਜਾਂ ਕੋਈ ਵਿਧਾਇਕ ਜਾਂ ਕੋਈ ਪੁਲਿਸ ਅਧਿਕਾਰੀ ਕੋਈ ਵੀ ਨਹੀਂ ਹਜੇ ਤੱਕ ਇੱਥੇ ਪਹੁੰਚਿਆ ਜੀ ਵੀ ਕੀ ਗੱਲਬਾਤ ਹੋਈ ਹੈ ਉਹਨਾਂ ਦਾ ਪੁੱਛਣ ਦਾ ਕੋਈ ਫਰਜ਼ ਹੀ ਨਹੀਂ ਬਣਿਆ ਜੀ ਤੱਕ ਜੀ ਦੇਖ ਲਓ 11 ਨੂੰ ਜੋ ਘਟਨਾ ਵਾਪਰੀ ਹੈਗੀ ਜਿਸ 'ਤੇ ਕਿ ਸਾਨੂੰ ਦੱਸਿਆ ਗਿਆ ਕਿ ਦੋ ਮਰੀਜ਼ ਸੀਗੇ ਸਾਡੇ ਕੋਲ ਐਡਮਿਟ ਅਤੇ ਉਹ ਉਹਨਾਂ ਨੂੰ ਕੋਈ ਪ੍ਰਾਈਵੇਟ ਐਂਬੂਲੈਂਸ ਵਾਲਾ
चक के लै गया, तो उस तो बाद कोई सड़क पर ही सुट गए है। यदि सानू जो ही सानू पता लग्या है, साढ़े सिविल सर्जन साहब नूं भी असी इनफॉर्म कर दिता है इस चीज़ बारे, और उन्होंने तुरंत ही एक मैडिकल टीम असी बोर्ड बनाया है जिसके डॉक्टर कमल, डॉक्टर जीवन और डॉक्टर रिचा नूं असी बोर्ड मैंबर्स बनाता है, और इसकी असी तफ्तीश जारी कर दी है। ये मरीज कौन सी, की दिक्कत सी जी, की कंडीशन है इस टाइम? देखो जी, जिहड़ा साडा ऑर्थो वाला जिहड़ा जिहदा हड्डियां फ्रैक्चर होया होया हैगा, जिहदे प्लस्तर लगा, वह मरीज़ साढ़े को 14-10 का हैगा, एडमिटेड हैगा, तो वो ना ही सानू कोई जानकारी दे रहा वो कित्थों आया सीगा। साढ़े कोई प्राइवेट एंबूलेंस वाले आते हैं, वो मरीज़ इत्थे छड़ जाते हैं, तो उस तो बाद असी उन्होंने तो पता, मतलब कि वह बोल भी नहीं रहा है, सानू कुछ दस भी नहीं रहा है कि मैं कित्थों का हैगा। साढ़े वालों जी जिनी ट्रीटमेंट पार्ट सीगा असी सारा किया है, टिल नाउ 14-10 तो लैके हुण तक वो ट्रीटमेंट साढ़े को चलता आ रहा है, वो एक्सरे सिटी स्कैन जिन्ना भी वह प्लस्तर हर चीज़ साडा हस्पताल मतलब कि वो देख रेख कर रहा है टिल नाउ। दूसरा मरीज जिदे लिमटी भी दस देखो जी, दूजे मरीज बारे मैं कोई नॉलेज नहीं, वो साडे ईएमओ ने डॉक्टर आशु ने एडमिट किया, बारे वो ही जानकारी दे सकते हैं। जी मैम, डिस्चार्ज की गल करते हैं, कल जो पेशेंट वो जो कह रहे हो जिसका टिल नाउ तक जो इलाज चल रहा है, कल सड़क पर भी उसकी वीडियो जी वायरल। देखो जी, इस बारे तो असी साड़ी कमेटी जांच कर रही है, वही दस सकेगी। एक दी मौत हो गई, सुनो ये भी नहीं पता मैम? इस गल का सानू पता लग गया सीगा कि उस मरीज की, दूजे मरीज की जिदी कि टीबी सी, उन्हों उदी मौत हो चुकी है। लगता नहीं भी कितना ना कि इंसानियत ही नहीं समझ गई भी पेशेंट नू ले जाना ते सड़क ते छड़ देना? देखो जी, ये बहुत मनभागी घटना सीगी जिहड़ी कि सानू भी बहुत अफसोस हो रहा है इस गल का हैगा, कि किसी लैवल ते किते ना किते इत्थे कोई गल हैगी है जिहदे करके ये सारा कुछ, साढ़े सिविल हस्पताल का नाम भी खराब किया जा रहा है। हो सकता है कि कोई बाहरी हो मतलब कि अंसर हैगे जिहड़े कि साढ़े सिविल हस्पताल मानसा का नाम खराब कर रहे हैं।